ਭਾਵੇਂ ਕਿ ਸੂਬੇ ਦੇ ਵਿੱਚ ਸਰਕਾਰਾਂ ਬਦਲਣ ਦੇ ਲਈ ਲੀਡਰਾਂ ਦੇ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਅਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੁੰਦਾ ਅਤੇ ਪੁਲਿਸ ਵਾਲੇ ਖਾਸ ਤੌਰ ਤੇ ਰਿਸ਼ਵਤ ਲੈਣ ਦੇ ਲਈ ਜਿਸ ਤਰ੍ਹਾਂ ਪਹਿਲਾਂ ਬਦਨਾਮ ਹੁੰਦੇ ਨੇ ਉਸੇ ਤਰ੍ਹਾਂ ਹੀ ਬਦਨਾਮ ਹੁੰਦੇ ਰਹਿੰਦੇ ਨੇ ਅਤੇ ਕਈ ਵਾਰ ਹੁਣ ਉਹਨਾਂ ਦੀਆਂ ਅਜਿਹੀਆਂ ਕਰਤੂਤਾਂ ਵੀ ਸਾਹਮਣੇ ਆ ਜਾਂਦੀਆਂ ਨੇ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਚੰਗੇ ਅਧਿਕਾਰੀਆਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ਮਸਲਾ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਸਿੰਘ ਰੋੜੀ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਗਏ ਪੁਲਿਸ ਮੁਲਾਜ਼ਮ ਦਾ। ਦਰਅਸਲ ਇੱਕ ਰਿਪੋਰਟ ਲਿਖਣ ਦੇ ਲਈ ਪੁਲਿਸ ਮੁਲਾਜ਼ਮ ਦੇ ਵੱਲੋਂ 2000 ਰੁਪਏ ਦੀ ਰਿਸ਼ਵਤ ਲਈ ਗਈ ਸੀ, ਜਿਸ ਦੀ ਸ਼ਿਕਾਇਤ ਰਿਸ਼ਵਤ ਦੇਣ ਵਾਲੇ ਨੇ ਆਪ ਵਿਧਾਇਕ ਜੈ ਸਿੰਘ ਰੋੜੀ ਕੋਲ ਕਰ ਦਿੱਤੀ ਅਤੇ ਮੌਕੇ ਤੇ ਪਹੁੰਚ ਕੇ ਵਿਧਾਇਕ ਨੇ ਜਿੱਥੇ ਉਹ 2000 ਰੁਪਏ ਕਢਵਾਏ ਉੱਥੇ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੂੰ ਰੱਜ ਕੇ ਲਾਹਣਤਾਂ ਵੀ ਪਾਈਆਂ ਅਤੇ ਉਸ ਦੀ ਸਾਰੀ ਵੀਡੀਓ ਵੀ ਰਿਕਾਰਡ ਕਰ ਲਈ। ਤੁਸੀਂ ਆਪ ਹੀ ਦੇਖੋ ਇਹ ਸਾਰੀ ਵੀਡੀਓ। ਸਤਿਕਾਰਯੋਗ ਸਾਥੀਓ, ਪਿੰਡ ਸਪਨੌਰ ਦੀ ਇੱਕ ਔਰਤ ਜਿਹਦਾ ਪਤੀ ਲਗਭਗ ਪਿਛਲੇ ਕਈ ਸਾਲਾਂ ਤੋਂ ਲਾਪਤਾ ਆ, ਪੈਨਸ਼ਨ ਉਹਨੂੰ ਤਾਂ ਲੱਗਣੀ ਜੇਕਰ ਪੁਲਿਸ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਦਾਖਲ ਕਰ ਲੇ ਔਰ ਇਹ ਕਹਿ ਦੇ ਕਿ ਇਹ ਜਿਹੜਾ ਬੰਦਾ ਆ ਇਹ ਪਿੰਡ ਚ ਨਹੀਂ ਲੱਗੜੇ। ਉਹਨਾਂ ਥਾਣੇ ਚ ਫੋਨ ਕੀਤਾ ਕਿ ਇਹਨਾਂ ਨੂੰ ਬੰਦਿਆਂ ਨੂੰ ਦਰਖਾਸਤ ਦੇ ਦਿਓ, ਤਾਂ ਮੁਹਰੋਂ ਜਵਾਬ ਕੀ ਆਂਦਾ ਕਿ SSP ਹੁਸ਼ਿਆਰਪੁਰ ਜਾਓ, ਪਹਿਲਾਂ ਦਰਖਾਸਤ ਉੱਥੇ ਦਿਓ। ਉੱਥੋਂ ਆਈ DSP ਦਾ DSP SHO ਤੇ ਇਹ ਸ਼੍ਰੀਮਾਨ ਜੀ ਕਹਿੰਦੇ ਕਿ ਪਹਿਲਾਂ ਪੈਸੇ ਦਿਓ, ਜੇ ਤੁਸੀਂ ਪੈਸੇ ਲਏ ਹੋਏ ਆ। ਬਾਬਾ ਜੀ ਇੱਧਰ ਆਓ। ਕਿੰਨੇ ਪੈਸੇ ਦਿੱਤੇ ਆ? 2000। ਕਿਹੜੀ ਜੇਬ ਦਾ? ਮੈਂ ਮੁਨਸ਼ੀ ਸਾਹਿਬ, ਤੁਸੀਂ ਇਸ ਟਾਈਮ ਫੜਨੇ ਚਾਰ ਦਿਓ। ਥੋੜੀ ਜਿਹੀ ਪੈਸੇ ਮੈਂ ਹੋਰ ਬੁਬੜੇ ਹੋ ਸਕਦੇ, ਸਾਡੇ ਕੋਲ ਫੋਟੋ ਕਿੰਨੀ ਵਾਰ ਤੁਸੀਂ ਕਦੇ SSP ਦਫ਼ਤਰ ਜਾ ਕਦੇ DSP ਜਾ ਕਦੇ SHO ਜਾ, ਇੱਕ ਵਿਧਵਾ ਔਰਤ ਨੂੰ ਪੈਨਸ਼ਨ ਲਾਉਣ ਲਈ ਤੁਹਾਨੂੰ 2000 ਰੁਪਏ ਦੇਵੇ? ਕੋਈ ਸ਼ਰਮ ਕਰੋ ਮਾੜੀ ਮੋਟੀ। ਪੈਸੇ ਜਿਹੜਾ ਵੀ ਇੰਚਾਰਜ ਥਾਣੇ ਦਾ ਬੁਲਾਓ, ਪੈਸੇ ਵਾਪਸ ਕਰਕੇ ਉਹਨੂੰ ਸੋਰੀ ਕਹਿ ਦੋ। ਆਪਾਂ ਬਿਨਾਂ ਸਾਰੀਆਂ ਬਾਤ ਕਰ ਲਈ। ਦਿਓ ਪੈਸੇ ਬਾਬਾ। ਇਹਨਾਂ ਦੀ ਜੇਬ ਦੇ ਵਿੱਚ 2000 ਰੁਪਏ ਆ, ਉਹਦਾ ਨੰਬਰ ਸਾਡੇ ਕੋਲ ਨੋਟ ਆ। ਇਹਨਾਂ ਨੂੰ ਕਹੋ ਪੈਸੇ ਵਾਪਸ ਕਰ ਦੇਣ ਤੇ ਮਾਫੀ ਮੰਗ ਲੈਣ, ਅਸੀਂ ਕੋਈ ਕਾਰਵਾਈ ਨਹੀਂ ਕਰਦੇ। ਨਾ ਪਏ ਤੁਸੀਂ, ਤੁਹਾਡੀ ਇੰਨੀ ਕੁ ਨਿਯਮਤ ਕਿ ਤੁਸੀਂ ਫੋਨ ਸੁਣ ਕੇ ਬਾਹਰ ਚਲੋ। ਹੋ ਗਿਆ ਕੰਮ, ਅੱਛਾ ਹੋ ਗਿਆ ਕੰਮ ਇਹਦਾ। ਨੰਬਰ ਮੈਚ ਕਰਾਓ ਵੀਡੀਓ ਵਿੱਚ ਨਾਲ ਬਣਾਓ। ਸਿੱਧੇ ਕਰ ਲਿਓ, ਆਹ ਦੇਖੋ ਨੰਬਰ।
ਗੁੰਮਸ਼ੁਦਗੀ ਦੀ ਰਿਪੋਰਟ ਲਿਖ ਲਾ ਇਹ ਵਿਚਾਰੀ ਵਿਧਵਾ ਔਰਤ ਹੈ ਇਹਦੇ ਪੈਸੇ ਪੈਨਸ਼ਨ ਲੱਗ ਲੈਣ ਦੇ ਨਹੀਂ ਲੱਗਣ ਚਾਰ ਮਹੀਨੇ ਹੋ ਗਏ ਉਹਨੂੰ ਔਰਤ ਨੂੰ ਜਲੀਲ ਹੁੰਦਿਆਂ ਨੂੰ ਹੁਸ਼ਿਆਰਪੁਰ ਐਸ ਐਸ ਪੀ ਦੇ ਗਈ ਮੁੜ ਕੇ ਇੱਥੇ ਆ ਗਿਆ 2000 ਰੁਪਏ ਸਾਨੂੰ ਡੁੱਬ ਕੇ ਮਰਨ ਵਾਲੀ ਗੱਲ ਸਾਡੇ ਨਹੀਂ ਡੁੱਬ ਕੇ ਮਰਨ ਵਾਲੀ ਗੱਲ ਕਿ ਸਾਡੇ ਥਾਂ ਕੁਛ ਐਸ ਐਚ ਓ ਸਾਹਿਬ ਪਲੀਜ਼ ਨੰਬਰ ਲਾ ਲਈਏ ਆਪਾਂ ਦੇਖੋ ਤੁਸੀਂ ਦੇਖੋ ਨਾ ਮੈਂ ਬੋਲਦਾ 092819 ਨੰਬਰ ਹੈ ਮੈਂ ਬਾਰ ਬਾਰ ਬੇਨਤੀ ਕੀਤੀ ਵੀ ਇਹ ਕੰਮ ਨਾ ਕਰੋ ਨਾ ਕਰੋ ਬੇਨਤੀ ਫਿਰ ਮੈਂ ਜੀਰੋ ਬਣਵੇ ਜਿਹੜੇ ਆਇਆ ਇਹ ਨੰਬਰ ਇਹ ਦੂਜਿਆਂ ਦਾ ਸੀ ਮੈਨੂੰ ਪਤਾ ਦਿਓ ਪੈਸੇ ਵਾਪਸ ਦੋਨੋਂ ਦੇ ਆਪਣੇ ਹੱਥ ਨਾਲ ਪਾਓ ਗੁਰੂ ਜੀ ਆਜੋ ਆਜੋ ਬਾਬਾ ਜੀ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੋ ਬਾਦਲਾਂ ਦੇ ਸਮੇਂ ਥਾਣਿਆਂ ਦੇ ਵਿੱਚ ਆਮ ਲੋਕਾਂ ਦੀ ਲੁੱਟ ਖਸੁੱਟ ਹੁੰਦੀ ਹੈ ਅਸੀਂ ਉਹਨੂੰ ਬਦਲ ਕੇ ਰਵਾਂਗੇ ਔਰ ਅਸੀਂ ਭ੍ਰਿਸ਼ਟਾਚਾਰ ਜਿਹੜਾ ਆ ਉਹ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਬਿਲਕੁਲ ਖਤਮ ਕਰ ਦਿਆਂਗੇ ਔਰ ਜੇਕਰ ਤੁਸੀਂ ਥਾਣਾ ਗੜਸ਼ੰਕਰ ਦੀ ਗੱਲ ਕਰ ਲਓ ਇੱਥੇ ਸਮੇਂ ਸਮੇਂ 'ਤੇ ਵੱਖ ਵੱਖ ਐਸ ਐਚ ਓ ਚੰਗੇ ਵੀ ਰਹੇ ਨੇ ਅਤੇ ਬਹੁਤ ਮਾੜੇ ਵੀ ਰਹੇ ਨੇ ਜਿਹੜੇ ਚੰਗੇ ਰਹੇ ਨੇ ਅਸੀਂ ਉਹਨਾਂ ਦੀ ਰੱਜ ਕੇ ਸ਼ਲਾਘਾ ਵੀ ਕੀਤੀ ਹੈ ਆਪਣੇ ਫੇਸਬੁੱਕ ਅਕਾਊਂਟ 'ਤੇ ਹੋਰ ਸੋਸ਼ਲ ਮੀਡੀਆ 'ਚ ਲੋਕਾਂ ਦੀ ਸਟੇਜਾਂ 'ਤੇ ਵੀ ਕਿਹਾ ਕਿ ਜਿਹੜੇ ਐਸ ਐਚ ਓ ਅੱਜ ਤੱਕ ਗੜਸ਼ੰਕਰ 'ਚ ਨਸ਼ੇ ਦੇ ਖਿਲਾਫ਼ ਰਹੇ ਨੇ ਅਸੀਂ ਉਹਨਾਂ ਦੀ ਵੱਧ ਚੜ੍ਹ ਕੇ ਪ੍ਰਸ਼ੰਸਾ ਕੀਤੀ ਪਰ ਅਸੀਂ ਵਾਰ ਵਾਰ ਉਹਨਾਂ ਭ੍ਰਿਸ਼ਟ ਜਿਹੜੇ ਥਾਣੇਦਾਰ ਨੇ ਉਹਨਾਂ ਨੂੰ ਵਾਰਨਿੰਗ ਵੀ ਦਿੰਦੇ ਰਹੇ ਹਾਂ ਕਿ ਤੁਸੀਂ ਆਪਣੇ ਆਪ ਟਲ ਜਾਓ ਨਹੀਂ ਤਾਂ ਪੰਜਾਬ ਦੇ ਲੋਕ ਜਿਹੜੇ ਇਕੱਠੇ ਹੋ ਕੇ ਉਹ ਤੁਹਾਡਾ ਬਹੁਤ ਬੁਰਾ ਹਸ਼ਰ ਕਰਨਗੇ ਔਰ ਪਿਛਲੇ ਸਮੇਂ ਦੇ ਵਿੱਚ ਇੱਕ ਔਰਤ ਸੀ ਕਿ ਜਿਹਦਾ ਪਤੀ ਕਾਫੀ ਸਮੇਂ ਤੋਂ ਲਾਪਤਾ ਸੀ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਦੇ ਵਿੱਚ ਲਿਖੀ ਜਾਣੀ ਸੀ ਪਰ ਮੇਰੇ ਫੋਨ ਕਰਨ ਤੋਂ ਬਾਵਜੂਦ ਵੀ ਔਰ ਉਹਨੂੰ ਕਿਹਾ ਗਿਆ ਕਿ ਕਿਤੇ ਪਹਿਲਾਂ ਐਸ ਐਸ ਪੀ ਦਫ਼ਤਰ ਜਾ ਫਿਰ ਡੀ ਐਸ ਪੀ ਦਫ਼ਤਰ ਜਾ ਫਿਰ ਐਸ ਐਚ ਓ ਸਾਹਿਬ ਕੋਲ ਆਓ ਫਿਰ ਮਾਰਕ ਕਰੋ ਸਿਰਫ ਇੱਕ ਲਾਪਤਾ ਕਿ ਮੇਰਾ ਘਰ ਵਾਲਾ ਪਿਛਲੇ ਕਾਫੀ ਸਮੇਂ ਤੋਂ ਗੁੰਮ ਹੈ ਉਹਨਾਂ ਤੋਂ ਪੈਸਿਆਂ ਦੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਔਰ ਜਦੋਂ ਉਹਨਾਂ ਤੋਂ ਪੈਸੇ ਲਏ ਗਏ ਤਾਂ ਮੇਰੇ ਨਾਲ ਉਹਨਾਂ ਨੇ ਸੰਪਰਕ ਕੀਤਾ ਅਤੇ ਅਸੀਂ ਰੰਗੇ ਹੱਥੀਂ ਫੜਿਆ ਔਰ ਜਦੋਂ ਉਹਨਾਂ ਨੇ ਸੌਰੀ ਫੀਲ ਕੀਤੀ ਅਸੀਂ ਕਿਸੇ ਅਫਸਰ ਦਾ ਨੁਕਸਾਨ ਕਰਕੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਦੇ ਬੱਚਿਆਂ ਦਾ ਵੀ ਸਾਨੂੰ ਕਿਤੇ ਨਾ ਕਿਤੇ ਫਿਕਰ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਜਿਹੜੇ ਗਾਰਡਨਰ ਨੇ ਉਹ ਕੀ ਕਰ ਰਹੇ ਨੇ ਪਰ ਜਿੱਥੇ ਮੈਂ ਤਾਂ ਇੱਕੋ ਗੱਲ ਕਹਾਂਗਾ ਉਹਨਾਂ ਭ੍ਰਿਸ਼ਟ ਆਪਣੇ ਅਧਿਕਾਰੀਆਂ ਨੂੰ ਉਹ ਭਾਵੇਂ ਕਿਸੇ ਵੀ ਮਹਿਕਮੇ ਦੇ ਵਿੱਚ ਬੈਠੇ ਹੋਣ ਇਹ ਸਿਰਫ ਇੱਕ ਟ੍ਰੇਲਰ ਹੈ ਪਹਿਲਾਂ ਵੀਡੀਓ ਦਫ਼ਤਰ ਅਸੀਂ 5000 ਰੁਪਇਆ ਰੰਗੇ ਹੱਥੀਂ ਫੜਿਆ ਸੀ ਹੁਣ ਥਾਣੇ ਵਿੱਚ ਵੀ ਫੜਿਆ ਹੁਣ ਇਸ ਤੋਂ ਬਾਅਦ ਕਿਸੇ ਵੀ ਅਧਿਕਾਰੀ ਨੇ ਗੜਸ਼ੰਕਰ ਹਲਕੇ ਦੇ ਵਿੱਚ ਰਿਸ਼ਵਤ ਲੈਣ ਦੀ ਤਾਂ ਇੱਕ ਪਾਸੇ ਜੇਕਰ ਮੰਗਣ ਦੀ ਵੀ ਕੋਸ਼ਿਸ਼ ਕੀਤੀ ਤਾਂ ਉਹਦੇ ਹਾਲਾਤ ਜਿਹੜੇ ਆ ਉਹ ਬਹੁਤ ਬੁਰੇ ਹੋਣਗੇ ਕਿਉਂਕਿ ਲੋਕ ਭ੍ਰਿਸ਼ਟਾਚਾਰ ਤੋਂ ਬਹੁਤ ਜ਼ਿਆਦਾ ਅੱਕ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੀ ਲੜਾਈ ਹੈ ਅਸੀਂ ਤਾਂ ਸਿਰਫ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੈਦਾ ਹੋਏ ਹਾਂ ਅਸੀਂ ਰਾਜਨੀਤੀ ਕਰਨ ਲਾਲ ਬੱਤੀਆਂ ਦੀ ਗੱਡੀ ਵਿੱਚ ਬੈਠ ਕੇ ਗਨਮੈਨ ਲੈ ਕੇ ਘੁੰਮਣ ਲਈ ਨਹੀਂ ਜਿਹੜੀ ਲੋਕਾਂ ਦੀ ਲੁੱਟ ਸੁੱਟ ਹੋ ਰਹੀ ਹੈ ਉਹਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਮੈਂ ਉਹਨਾਂ ਸਾਰੇ ਭ੍ਰਿਸ਼ਟ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਾ ਕਿ ਅੱਜ ਤੋਂ ਬਾਅਦ ਜੇਕਰ ਤੁਹਾਡਾ ਪਤਾ ਲੱਗਿਆ ਕਿ ਤੁਸੀਂ ਕਿਸੇ ਗਰੀਬ ਆਮ ਬੰਦੇ ਨੂੰ ਪਰੇਸ਼ਾਨ ਕਰ ਰਹੇ ਹੋ ਤੁਹਾਡੇ ਹਾਲਾਤ ਤੁਹਾਡੇ ਹਸ਼ਰ ਬਹੁਤ ਬੁਰੇ ਹੋਣਗੇ ਔਰ ਲੋਕਾਂ ਨੂੰ ਵੀ ਇੱਕ ਅਪੀਲ ਹੈ ਕਿ ਜੇਕਰ ਤੁਹਾਡੇ ਕੋਲੋਂ ਤੁਹਾਡੇ ਕਿਸੇ ਵੀ ਜਾਇਜ਼ ਕੰਮ ਦੀ ਕੋਈ ਵੀ ਅਧਿਕਾਰੀ ਰਿਸ਼ਵਤ ਮੰਗ ਕਰਦਾ ਹੈ ਤਾਂ ਗੜਸ਼ੰਕਰ ਖਾਲਸਾ ਕਾਲਜ ਦੇ ਬਿਲਕੁਲ ਸਾਹਮਣੇ ਇਹ ਤੁਹਾਡਾ ਭਰਾ ਤੁਹਾਡਾ ਬੱਚਾ ਆਮ ਆਦਮੀ ਪਾਰਟੀ ਦਾ ਇੱਕ ਨੰਨਾ ਜਿਹਾ ਸਿਪਾਹੀ ਹਮੇਸ਼ਾ ਤੁਹਾਡੀ ਸੇਵਾ ਲਈ ਹਾਜ਼ਰ ਹੈ।